ਮੈਂ ਦੇਖਦੇ ਹੋ ਪਹਿਲਾ ਪ੍ਰਤੀਕਰਮ ਕੀ ਹੈ ਜਿਹੜਾ ਇਸ ਵੱਡੀ ਜ਼ਿੰਮੇਵਾਰੀ ਕਾਂਗਰਸ ਵੱਲੋਂ ਅਜੇ ਥਕਾਵਟ ਮੈਨੂੰ ਕੋਲ ਰਾਜਸਥਾਨ ਦੀ ਨਹੀਂ ਉੱਤਰੀ ਪਾਰਲੀਮੈਂਟ ਦੀ ਅਤੇ ਇੱਧਰ ਆਉਂਦੇ ਹੀ ਇੱਧਰ ਨੂੰ ਕਰਤਾ। ਵੈਸੇ ਮੈਂ ਤੁਹਾਨੂੰ ਓਨੈਸਟਲੀ ਦੱਸਾਂ, ਮੇਰਾ ਇਲੈਕਸ਼ਨ ਪਾਰਲੀਮੈਂਟ ਲੜਨ ਦਾ ਕੋਈ ਇਰਾਦਾ ਵੀ ਨਹੀਂ ਸੀ ਇਹਦੇ ਦਿਲੀਓ ਹੁਕਮ। ਗੁਰਦਾਸਪੁਰ ਆਪਾਂ ਲੋਕ ਸਭਾ ਸੀਟ ਦੀ ਗੱਲ ਕਰੀਏ, ਉੱਥੋਂ ਉਮੀਦਵਾਰ ਸਾਰੇ ਹੀ ਉਹੀ ਨੇ ਵੱਖ ਵੱਖ ਪਾਰਟੀਆਂ ਦੇ ਜਿਹੜੇ ਕਿ ਉਹੀ ਇਲਾਕਿਆਂ ਦੇ ਨੇ, ਉੱਥੇ ਕਾਫੀ ਵੱਡਾ ਹੋਲਡ ਆ। ਫਿਰ ਚਾਹੇ ਦਲਜੀਤ ਚੀਮਾ ਦੀ ਗੱਲ ਕਰੀਏ, ਅਮਨਸ਼ੇਰ ਸਿੰਘ ਸ਼ੈਰੀਕਲਸ ਦੀ ਗੱਲ, ਹਮੇਸ਼ਾ ਕਾਂਗਰਸ ਜਿਹੜੀ ਆ ਉੱਥੋਂ ਅਪਰ ਹੈਂਡ ਅਤੇ ਇਹ ਭਗਵੰਤ ਮਾਨ, ਇਹਨੂੰ ਮੈਂ ਪਹਿਲਾਂ ਹੀ ਪੁੱਛਣਾ ਚਾਹੁੰਦਾ ਕਿ ਤੁਹਾਡਾ ਤੇ ਐਮ ਐਲ ਏ ਅੰਮ੍ਰਿਤਸਰ 'ਚ ਖਲੋ ਕੇ 45 ਮਿੰਟ ਸਪੀਚ ਕਰ ਰਿਹਾ, 1.25 ਘੰਟਾ ਉੱਥੇ ਦੇ ਜਵਾਬ ਕਿ ਨਸ਼ਾ ਕੌਣ ਪੰਜਾਬ 'ਚ ਵੇਚਦਾ। ਉਮਰ ਜੀ ਪ੍ਰਤਾਪ ਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਉਮਰ ਜੀ ਤੁਸੀਂ ਕਹਿੰਦੇ ਮੇਰੇ ਹੱਥ ਵਧੇ ਹੋਏ ਥੇ, ਅੱਜ ਅਨਾਊਂਸ ਕਰ ਕਿ ਜੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਤਾਂ 10 ਲੋਕਾਂ ਕਿ ਜੇ ਉਹਨੇ ਤੇਰੇ ਚਲਾਨ ਰੋਕੇ, ਤੇਰੀ ਇਨਕੁਆਇਰੀ ਰੋਕੀ, ਬੋਲ। ਅਤੇ ਜੇ ਇੱਕ ਗੱਲ ਹੋਰ ਦੱਸਾਂ, ਜਿਹੜਾ ਗੁਰੂ ਨੂੰ ਧੋਖਾ ਕਰੇਗਾ ਅਮਰਿੰਦਰ ਸਿੰਘ ਨੇ ਕੀਤਾ ਉਹ ਵਜਾ ਮੂੰਹ ਤੇ ਕੈਪਟਨ ਅਮਰਿੰਦਰ ਸਿੰਘ ਅੱਜ ਤੱਕ ਇਹ ਪਰਿਵਾਰ ਜਦੋਂ ਵੀ ਜਿੱਤਿਆ ਕਾਂਗਰਸ ਦੀ ਟਿਕਟ 'ਤੇ ਜਿੱਤਿਆ ਅਤੇ ਵੇਖੋ ਹੁਣ ਬਣਦਾ ਕੀ ਆ। ਮਹਾਰਾਜ ਪ੍ਰਨੀਤ ਕੌਰ ਕਹਿੰਦੇ ਨਾ ਚੌਥੇ ਨੰਬਰ 'ਤੇ, ਪੰਜਵੇਂ 'ਤੇ, ਮੈਂ ਕਹਿੰਦਾ ਛੇਵੇਂ 'ਤੇ ਆਉਂਦੇ। ਰੰਧਾਵਾ ਸਾਹਿਬ ਸੀ ਐਮ ਮਾਨ ਦਾ ਜ਼ਿਕਰ ਕਰੀਏ ਤਾਂ ਉਹ ਕਹਿੰਦੇ ਨੇ ਕਿ 13-0 ਹੋਣ ਵਾਲਾ ਪੰਜਾਬ ਦੇ ਵਿੱਚ। ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਬਾਦਲ, ਉਹ ਕਹਿ ਰਹੇ ਨੇ ਕਿ ਖੇਤਰੀ ਪਾਰਟੀ ਉਹਨਾਂ ਨੂੰ ਜਿਤਾਓ, ਪਰ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਕਾਂਗਰਸ ਜਾਂ ਫਿਰ ਆਮ ਆਦਮੀ ਪਾਰਟੀ, ਕਿ ਦਿੱਲੀ ਤੋਂ ਕਿਸ ਦਿਨ ਬਣੀ? ਪਹਿਲਾਂ ਤਾਂ ਰਹੀ, ਅੱਜ ਤੱਕ ਬੀਜੇਪੀ ਦੀ ਪਿੱਛ ਲੱਗੂਗਾ ਅਤੇ ਆਹ ਜਿਹੜੇ ਦੂਸਰੇ ਨੇ 13-0 ਉਹ ਯਾਰ ਉੱਥੋਂ ਆਪਣੇ ਜ਼ਿਲ੍ਹੇ 'ਚ ਤਾਂ ਜਿੱਤ ਨਹੀਂ ਸਕਿਆ ਚੀਫ ਮਿਨਿਸਟਰ। ਨਿਊਜ਼ ਓਨਲੀ ਤੁਸੀਂ ਦੇਖ ਰਹੇ ਹੋ ਅਤੇ ਮੈਂ ਤੁਹਾਡੇ ਨਾਲ ਜਗਵਿੰਦਰ ਸਿੰਘ। ਕਾਂਗਰਸ ਦੇ ਵੱਲੋਂ ਗੁਰਦਾਸਪੁਰ ਤੋਂ ਸੁਖਜਿੰਦਰ ਰੰਧਾਵਾ ਨੂੰ ਟਿਕਟ ਦਿੱਤੀ ਗਈ ਹੈ ਅਤੇ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਰੰਧਾਵਾ ਸਾਹਿਬ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਅਤੇ ਨਾਲ ਹੀ ਬਹੁਤ ਬਹੁਤ ਵਧਾਈ। ਬਹੁਤ ਥੈਂਕ ਯੂ ਜੀ, ਮਿਹਰਬਾਨੀ। ਕਿਵੇਂ ਦੇਖਦੇ ਹੋ ਪਹਿਲਾਂ ਪ੍ਰਤੀਕਰਮ ਕੀ ਹੈ ਜਿਹੜਾ ਇਸ ਵੱਡੀ ਜ਼ਿੰਮੇਵਾਰੀ ਕਾਂਗਰਸ ਦੇ ਵੱਲੋਂ ਦਿੱਤੀ? ਵੇਖੋ, ਜ਼ਿੰਮੇਵਾਰੀ ਤਾਂ ਮੈਨੂੰ ਕਈ ਵਾਰਾਂ ਮਿਲ ਗਈ ਅਤੇ 4 ਇਲੈਕਸ਼ਨਾਂ ਵੀ ਜਿੱਤ ਗਈਆਂ, ਰਾਜਸਥਾਨ ਦੀਆਂ ਇਲੈਕਸ਼ਨਾਂ ਲੜ ਕੇ, ਅਸੈਂਬਲੀ ਵੀ, ਪਾਰਲੀਮੈਂਟ ਵੀ ਅਤੇ ਪਰ ਇਹ ਜ਼ਰੂਰ ਹੈ ਕਿ ਅਜੇ ਥਕਾਵਟ ਮੇਰੇ ਕੋਲ ਰਾਜਸਥਾਨ ਦੀ ਨਹੀਂ ਉੱਤਰੀ ਪਾਰਲੀਮੈਂਟ ਦੀ ਅਤੇ ਇੱਧਰ ਆਉਂਦੇ ਹੀ ਇੱਧਰ ਨੂੰ ਕਰਤਾ, ਇਲੈਕਸ਼ਨ ਲੜਾਂਗੇ। ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਗੁਰਦਾਸਪੁਰ ਵਾਲਿਆਂ 'ਤੇ ਕਿ ਇਹਨਾਂ ਨੇ ਹਮੇਸ਼ਾ ਕਾਂਗਰਸ ਦਾ ਸਾਥ ਦਿੱਤਾ। ਅਸੀਂ ਅਸੈਂਬਲੀ 'ਚ ਵੀ, ਜਦੋਂ ਤੁਸੀਂ ਪਿਛਲੀ ਵੇਚਦੇ ਹੋ, ਅਸੀਂ 9 ਚੋਂ 6 ਅਸੈਂਬਲੀ ਦੀਆਂ ਸੀਟਾਂ ਜਿੱਤ ਕੇ ਆਏ ਹਾਂ। ਅੱਛਾ, ਰੰਧਾਵਾ ਸਾਹਿਬ, ਜਿਹੜਾ ਪਾਰਟੀ ਦੇ ਵੱਲੋਂ ਇਹ ਫੈਸਲਾ ਲਿਆ ਗਿਆ, ਤੁਹਾਨੂੰ ਗੁਰਦਾਸਪੁਰ ਤੋਂ ਸੰਤੁਸ਼ਟ ਹੋ ਜਾਂ ਫਿਰ ਜ਼ਹਿਨ ਦੇ ਵਿੱਚ ਕੋਈ ਹੋਰ ਸੀਟ ਵੀ ਦਿਲ ਦੇ ਵਿੱਚ ਸੀ? ਨਾ, ਮੇਰੇ ਕੋਲ ਦੇਖੋ, ਮੇਰੇ ਵੈਸੇ ਮੈਂ ਤੁਹਾਨੂੰ ਓਨੈਸਟਲੀ ਦੱਸਾਂ, ਮੇਰਾ ਇਲੈਕਸ਼ਨ ਪਾਰਲੀਮੈਂਟ 'ਚ ਲੜਨ ਦਾ ਕੋਈ ਇਰਾਦਾ ਵੀ ਨਹੀਂ ਸੀ ਇਹਦੇ ਦਿਲੀਓ ਹੁਕਮ। ਅੱਜ 29 ਹੋ ਗਏ, 27 ਤਰੀਕ ਨੂੰ ਔਡਰ ਆਇਆ 3 ਵਜੇ ਸ਼ਾਮੀ ਕਿ ਆਪ ਇਲੈਕਸ਼ਨ ਲੜੋਗੇ, ਤੋ ਮੈਨੇ ਕਿਹਾ ਜੀ ਪਹਿਲੇ ਬਸ ਕਹਿੰਦੇ ਇਟਸ ਔਡਰ ਹੈ, ਨੋ ਆਰਗੂਮੈਂਟ। ਇੰਨੀ ਕੁ ਗੱਲ 'ਤੇ ਮੈਂ ਕਿਹਾ ਠੀਕ ਹੈ ਜੀ, ਜੋ ਪਾਰਟੀ ਦਾ ਹੁਣ ਮੈਂ ਦੂਸਰੇ ਗਦਾਰਾਂ ਵਰਗਾ ਬਣ ਜਾਂਦਾ, ਜਿਹੜੇ ਜਿਨ੍ਹਾਂ ਨੂੰ ਟਿਕਟਾਂ ਵੀ ਜੇਬ 'ਚ ਪਾਈ ਫਿਰਦੇ ਅਤੇ ਪਾਰਟੀ ਨੂੰ ਧੋਖਾ ਦੇ ਗਏ, ਇਹ ਕਦੀ ਨਹੀਂ ਹੋਏਗਾ। ਅੱਛਾ ਰੰਧਾਵਾ ਸਾਹਿਬ, ਗੁਰਦਾਸਪੁਰ ਆਪਾਂ ਲੋਕ ਸਭਾ ਸੀਟ ਦੀ ਗੱਲ ਕਰੀਏ, ਉੱਥੋਂ ਉਮੀਦਵਾਰ ਸਾਰੇ ਹੀ ਉਹੀ ਨੇ ਵੱਖ ਵੱਖ ਪਾਰਟੀਆਂ ਦੇ ਜਿਹੜੇ ਕਿ ਉਹੀ ਇਲਾਕਿਆਂ ਦੇ ਨੇ, ਉੱਥੇ ਕਾਫੀ ਵੱਡਾ ਹੋਲਡ ਆ। ਫਿਰ ਚਾਹੇ ਦਲਜੀਤ ਚੀਮਾ ਦੀ ਗੱਲ ਕਰੀਏ, ਅਮਨਸ਼ੇਰ ਸਿੰਘ ਸ਼ੈਰੀਕਲਸੀ ਦੀ ਗੱਲ ਕਰੀਏ, ਤੁਹਾਡਾ ਆਪਣਾ ਹਲਕਾ ਆ ਜਾਂਦਾ, ਕੀ ਲੱਗਦਾ ਜ਼ਿਆਦਾ ਪਲੱਸ ਪੁਆਇੰਟ ਕਿਹੜੇ ਉਮੀਦਵਾਰ? ਦੇਖੋ, ਇਹ ਤਾਂ ਪਬਲਿਕ 'ਚ ਜਾ ਕੇ ਦੱਸਾਂਗੇ, ਔਰ ਹਮੇਸ਼ਾ ਕਾਂਗਰਸ ਜਿਹੜੀ ਆ ਉੱਥੋਂ ਅਪਰ ਹੈਂਡ ਰਹੀ ਆ। ਪੰਜਾਬ ਦੀ ਗੱਲ ਕਰਾਂਗੇ,
ਖਾਸ ਕਰਕੇ ਗੁਰਦਾਸਪੁਰ ਦੀ ਗੱਲ ਕਰਾਂਗੇ ਅਤੇ ਖਾਸ ਕਰਕੇ ਆਮ ਆਦਮੀ ਪਾਰਟੀ ਅਤੇ ਬੀਜੇਪੀ ਦੀ ਕਿ ਜੋ ਉਹਨਾਂ ਨੇ ਝੂਠੇ ਵਾਅਦੇ ਲੋਕਾਂ ਨਾਲ ਕੀਤੇ। ਯਾਰ ਪ੍ਰਾਈਮ ਮਿਨਿਸਟਰ ਸਾਹਿਬ ਕਿਸ ਲੈਵਲ 'ਤੇ, ਗੁਰਦਾਸਪੁਰ ਵੀ ਆਉਣਾ ਉਹਨਾਂ, ਦੂਜੇ ਦਿਨ ਉਹਨਾਂ ਦੀ ਮੀਟਿੰਗ ਦੇ ਸਾਹਮਣੇ ਆਪਣੀ ਮੀਟਿੰਗ ਵੀ ਰੱਖੂੰਗਾ, ਉਹਨਾਂ ਦੀ ਇੱਕ ਇੱਕ ਗੱਲ ਦਾ ਜਵਾਬ ਦੇਵਾਂਗਾ। ਅਤੇ ਇਹ ਭਗਵੰਤ ਮਾਨ, ਇਹਨੂੰ ਮੈਂ ਪਹਿਲਾਂ ਹੀ ਪੁੱਛਣਾ ਚਾਹੁੰਦਾ ਕਿ ਤੁਹਾਡਾ ਤਾਂ MLA ਅੰਮ੍ਰਿਤਸਰ 'ਚ ਖਲੋ ਕੇ 45 ਮਿੰਟ ਸਪੀਚ ਕਰ ਰਿਹਾ, ਪੌਣਾ ਘੰਟਾ, ਕਿ ਉੱਥੇ ਦੇ ਜਵਾਬ ਕਿ ਨਸ਼ਾ ਕੌਣ ਪੰਜਾਬ 'ਚ ਵੇਚਦਾ, ਬਣਦਾ ਕਿ ਨਹੀਂ? ਉਹ ਨਸ਼ੇ ਵਾਲਿਆਂ ਦੀ ਤਾਂ ਜਮਾਨਤਾਂ ਜਮਾਨਤਾਂ ਹੋ ਗਈਆਂ ਕੋਰਟਾਂ 'ਚੋਂ, ਅਜੇ ਤੱਕ ਦੁਬਾਰਾ ਉਹਨਾਂ ਨੂੰ ਇੰਟਰੋਗੇਸ਼ਨ ਨਹੀਂ ਕੀਤੀ। ਕਿੱਥੇ ਗਿਆ ਤੇਰਾ ਉਹਦਾ ਜਿਹੜੀ ਬੇਅਦਬੀਆਂ ਦੀ ਗੱਲ ਜੇ ਕਰੀਏ, ਉਹ ਕਰਦਾ ਗੱਲਾਂ ਕੁੰਵਰ ਵਿਜੇ ਪ੍ਰਤਾਪ। ਕੁੰਵਰ ਵਿਜੇ ਪ੍ਰਤਾਪ ਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਕੁੰਵਰ ਜੀ, ਤੁਸੀਂ ਕਹਿੰਦੇ ਮੇਰੇ ਹੱਥ ਬਦੇ ਹੋਏ ਥੇ, ਅੱਜ ਅਨਾਊਂਸ ਕਰ ਕਿ ਜੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਤਾਂ 10 ਲੋਕਾਂ ਨੂੰ, ਕਿ ਜੇ ਉਹਨੇ ਤੇਰੇ ਚਲਾਨ ਰੋਕੇ, ਤੇਰੀ ਇਨਕੁਆਇਰੀ ਰੋਕੀ, ਬੋਲਣਾ ਚਾਹੀਦਾ ਕਿ ਨਹੀਂ? ਅਤੇ ਜੇ ਕਿ ਅਸੀਂ ਇੰਨਾ ਕੀ ਕਰਨ ਨੂੰ ਬੈਠੇ ਕਿ ਮੈਂ ਕਾਂਗਰਸ ਦੀ ਨੂੰ ਠੋਕ ਕੇ ਅਤੇ ਆਮ ਆਦਮੀ ਪਾਰਟੀ 'ਚ ਜਾਣਾ, ਯਾਰ ਇਹ ਵੀ ਤਾਂ ਗੱਲ ਗਲਤ ਆ ਨਾ। ਧੋਖਾ ਨਹੀਂ ਦੇਣਾ ਚਾਹੀਦਾ, ਠੋਕ ਕੇ ਦੱਸੇ। ਅਤੇ ਜੇ ਇੱਕ ਗੱਲ ਹੋਰ ਦੱਸਾਂ, ਜਿਹੜਾ ਗੁਰੂ ਨੂੰ ਧੋਖਾ ਕਰੇਗਾ ਅਮਰਿੰਦਰ ਸਿੰਘ ਨੇ ਕੀਤਾ, ਉਹ ਵਜਾ ਮੁੱਦੇ ਮੂੰਹ ਜਿਹੜੇ ਜਿਹੜੇ ਨੇ ਕੀਤਾ, ਅਤੇ ਜਿਹੜੇ ਜਿਹੜੇ ਬੋਲੇ, ਤ੍ਰਿਪਤ ਬਾਜਵਾ ਜਿੱਤ ਗਿਆ, ਬੋਲਿਆ ਅਗੇਂਸਟ, ਮੈਂ ਬੋਲਿਆ, ਪਾੜਾ ਬੋਲਿਆ ਕਿ ਤੂੰ ਅਮਰਿੰਦਰ ਸਿੰਘ ਨੂੰ ਕਹਿ ਕੇ ਤੁਸੀਂ ਗਲਤ ਬੋਲ ਰਹੇ ਹੋ, ਤੁਸੀਂ ਗਲਤ ਕਰ ਰਹੇ ਹੋ। ਸੁੱਖ ਸਰਕਾਰ ਗਿਆ, ਸਾਰਿਆਂ ਨੂੰ ਪਤਾ ਕਿ ਉਹਨੇ ਕਿਹਾ ਕਿ ਅਸੀਂ ਖੜੇ ਹਾਂ, ਜਿਹੜੀ ਤੁਸੀਂ ਝੂਠੀ ਸਹੁੰ ਖਾਧੀ ਆ, ਉਹ ਸਹੁੰ ਜਿਹੜੀ ਝੂਠੀ ਸੀ ਕਹੋ, ਅਤੇ ਮੇਰੇ ਕੋਲ ਗਲਤੀ ਹੋਈ ਆ, ਅਤੇ ਗੁਰੂ ਨੇ ਸਾਨੂੰ ਚਾਰਾਂ ਨੂੰ ਫਿਰ ਨਵਾਜ ਕੇ ਭੇਜਿਆ। ਅਤੇ ਇਹ ਜਿਹੜੇ ਨੇ ਤੂੰ ਕਹਿੰਦੇ ਕਿ ਉਹ ਚਲਾ ਗਿਆ, ਇਹ ਚਲਾ ਗਿਆ, ਇਹਨਾਂ ਦਾ ਵੇਖਿਓ ਕਿ ਪੰਜਾਬੀ ਹਸ਼ਰ ਕੀ ਕਰਦੇ। ਕੈਪਟਨ ਅਮਰਿੰਦਰ ਸਿੰਘ ਅੱਜ ਤੱਕ ਇਹ ਪਰਿਵਾਰ ਜਦੋਂ ਵੀ ਜਿੱਤਿਆ, ਕਾਂਗਰਸ ਦੀ ਟਿਕਟ 'ਤੇ ਜਿੱਤਿਆ, ਅਤੇ ਵੇਖੋ ਹੁਣ ਬਣਦਾ ਕੀ ਆ। ਮਹਾਰਾਜ ਪ੍ਰਨੀਤ ਕੌਰ ਕਹਿੰਦੇ ਨਾ 4 ਨੰਬਰ 'ਤੇ, 5ਵੇਂ 'ਤੇ, ਮੈਂ ਕਹਿੰਦਾ 6ਵੇਂ 'ਤੇ ਆਉਣੀ ਆ, ਜੋ ਉੱਥੇ ਹਾਲਾਤ ਨੇ। ਤੋ ਇਸ ਕਰਕੇ ਕਿ ਪੰਜਾਬੀਆਂ ਨਾਲ ਖਾਸ ਕਰਕੇ ਸਿੰਸੀਅਰ ਰਹਿਣਾ ਚਾਹੀਦਾ। ਪੰਜਾਬੀ ਬੜਾ ਇਮੋਸ਼ਨਲ ਆ ਅਤੇ ਦੇਸ਼ ਭਗਤ ਆ, ਅਤੇ ਜਿਸ ਤਰ੍ਹਾਂ ਦੇ ਪ੍ਰਾਈਮ ਮਿਨਿਸਟਰ ਸਾਹਿਬ ਉੱਥੇ ਬਾੜਮੇਰ 'ਚ ਬੋਲੇ ਨੇ ਘੱਟ ਗਿਣਤੀਆਂ ਬਾਰੇ, ਪੰਜਾਬ 'ਚ ਸੋਚਣਾ ਪਏਗਾ। ਅਤੇ ਜੇ ਠੱਲ ਪਾਉਣਗੇ, ਅਤੇ ਜੇ ਕਿਤੇ ਮੈਂ ਇੱਕ ਚੀਜ਼ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜੇ ਟ੍ਰੈਂਡ ਸੈਟਰ ਆ ਨਾ ਹਿੰਦੁਸਤਾਨ ਦਾ, ਉਹ ਪੰਜਾਬ ਆ। ਅਤੇ ਇਸੇ ਕਰਕੇ ਪੰਜਾਬੀਆਂ ਦੀ ਸਭ ਤੋਂ ਲਾਸਟ ਵਿੱਚ ਇਲੈਕਸ਼ਨ ਰੱਖੀ ਆ ਕਿ ਇਹ ਇਹਨਾਂ ਦਾ ਕਿਤੇ ਬਾਹਰ ਰੌਲਾ ਨਾ ਪੈ ਜਾ ਕੇ ਪੰਜਾਬ ਵਾਲਿਆਂ ਦੇ ਇੱਕ ਵਨ ਸਾਈਡਡ ਇਲੈਕਸ਼ਨ ਕਰ ਦਿੱਤੀ। ਇਹ ਬੜੇ ਅੱਛਾ ਰੰਧਾਵਾ ਸਾਹਿਬ, ਤੁਸੀਂ ਨਸ਼ੇ ਦਾ ਜ਼ਿਕਰ ਕੀਤਾ ਬਹੁਤ, ਆਪਾਂ ਸਰਹੱਦੀ ਇਲਾਕੇ ਦਾ ਗੱਲ ਕਰੀਏ, ਗੁਰਦਾਸਪੁਰ ਲੋਕ ਸਭਾ ਸੀਟ ਦੀ ਗੱਲ ਕਰ ਲਈਏ, ਨਸ਼ੇ ਦਾ ਮੁੱਦਾ ਬਹੁਤ ਵੱਡਾ ਮੁੱਦਾ, ਨਾਲ ਹੀ ਦੇਖੀਏ ਆਪਾਂ ਦਰਿਆ ਵੀ ਆਉਂਦੇ ਨੇ ਉਸ ਲੋਕ ਗੁਰਦਾਸਪੁਰ ਲੋਕ ਸਭਾ ਸੀਟ ਦੀ ਆਪਾਂ ਗੱਲ ਕਰੀਏ ਤਾਂ ਉੱਥੇ ਪਹਾੜੀ ਇਲਾਕਾ ਵੀ ਆ ਜਾਂਦਾ, ਕਿਉਂਕਿ ਆਪਾਂ ਦੇਖਿਆ ਕਿ ਜਦੋਂ ਮੀਂਹ ਆਉਂਦਾ ਗਰਮੀਆਂ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਹੜੇ ਦਰਿਆ ਦੇ ਕੰਢੇ ਪਿੰਡ ਵਾਸਤੇ ਨੇ, ਲੋਕ ਵਾਸਤੇ ਨੇ, ਉਹਨਾਂ ਨੂੰ ਪਰੇਸ਼ਾਨੀ ਆਉਂਦੀ ਹੈ, ਕੀ ਕੁਝ ਜਿਹੜਾ ਵਿਜ਼ਨ ਲੈ ਕੇ ਚੱਲ ਰਹੇ ਹੋ ਗੁਰਦਾਸਪੁਰ? ਵੇਖੋ, ਕਾਫੀ ਪੁਲ ਤਾਂ ਬਣ ਗਏ ਨੇ, ਔਰ ਜਿਹੜਾ ਮੇਰੇ ਇਲਾਕੇ 'ਚ ਵੀ ਡੇਰ ਬਾਬਾ ਨਾਨਕ, ਉੱਥੇ ਵੀ ਪੁਲ ਬਣ ਗਿਆ। ਸਭ ਤੋਂ ਵੱਡੀ ਪ੍ਰੋਬਲਮ ਇਹ ਆ ਕਿ ਜਿਹੜੀਆਂ ਤੁਸੀਂ ਮਿਸਿੰਗ ਆ ਕਈਆਂ ਥਾਵਾਂ ਤੋਂ, ਜਿਵੇਂ ਧਰਮਕੋਟ ਰੰਧਾਵੇ ਲਾਗੇ ਮਿਸਿੰਗ ਆ, 5 ਕਿਲੋਮੀਟਰ ਦੀ ਅੰਮ੍ਰਿਤਸਰ ਤੱਕ, ਅੰਮ੍ਰਿਤਸਰ ਦਾ ਵਿੱਚ ਏਰੀਆ ਪੈਂਦਾ ਉੱਥੋਂ ਤੱਕ। ਅਤੇ ਐਸੇ ਜਿਹੜੇ ਪਲੱਗ ਪੁਆਇੰਟ ਨੇ, ਇਹ 1971-72 ਦੇ ਵਿੱਚ ਇਹ ਤੁਸੀਂ ਬੰਦ ਬਣਿਆ ਸੀ, ਕਿਉਂਕਿ ਜਦੋਂ ਆਰਮੀ ਵਾਲੇ ਪਾਕਿਸਤਾਨ ਦੇ ਨਾਲ ਲੜਾਈ, ਇਹਦੇ ਨਾਲ ਬਹੁਤ ਸਾਰਾ ਪਾਕਿਸਤਾਨ ਜਿਹੜਾ ਦਰਿਆ ਸੀਗਾ, ਜਿਹੜੀ ਜ਼ਿਆਦਾ ਮਾਰ ਪੈਂਦੀ ਉਹ ਰਾਵੀ ਤੋਂ ਨਹੀਂ ਪੈਂਦੀ, ਉਹ ਜਦੋਂ ਉਹ ਜਿਹ 'ਚ ਪਾਣੀ ਆਉਂਦਾ ਨਾ, ਜਾਂ ਬਸੰਤਰ 'ਚ ਉਹ ਹੜ੍ਹ ਲਿਆਉਂਦਾ, ਉਹ ਬਾਊਪੁਰ ਪਿੰਡ ਆ,
ਉਹਦੇ ਲਾਗੇ ਸਾਰਾ ਪਾਣੀ ਆਉਂਦਾ, ਉੱਥੋਂ ਸਾਨੂੰ ਸਟਰੈਂਥਨ ਕਰਾਂਗੇ ਔਰ ਮੇਰਾ ਪੂਰਾ ਖਿਆਲ ਆ ਕਿ ਉਹ ਅਸੀਂ ਕਾਮਯਾਬ ਹੋਵਾਂਗੇ। ਪਾਣੀ ਵਾਲਾ ਜਿਹੜਾ ਉਹ ਕੰਮ ਖਤਮ ਕਰਦਾ। ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਦੱਸਣ ਕਿ ਉੱਥੋਂ ਬਾਬਾ ਬਕਾਲਾ ਟੂ ਡੇਰਾ ਬਾਬਾ ਨਾਨਕ ਰੋਡ ਇਹਨਾਂ ਦੇ ਟਾਈਮ 'ਚ ਹੋਈ ਹੈ? ਇਹ ਸਾਡੇ ਟਾਈਮ 'ਚ, ਮੈਂ ਉਸ ਵੇਲੇ ਕਿਹਾ ਜਿਹੜੇ ਹੁਣ ਇਲੈਕਸ਼ਨ ਕਮਿਸ਼ਨਰ ਨੇ, ਇਹ ਉਹਦੇ ਮੈਂਬਰ ਚੇਅਰਮੈਨ ਸੀਗੇ ਨੈਸ਼ਨਲ ਹਾਈਵੇ ਅਥੋਰਿਟੀ ਦੇ ਮਸੇਠਾਲੇ ਪਿੰਡ ਦੇ ਨਾਲ, ਮੈਂ ਕਿਹਾ ਜੀ ਡੇਰਾ ਬਾਬਾ ਨਾਨਕ ਤੱਕ ਸੜਕ ਬਣਾ ਦਿਉ। ਔਰ ਇਹ ਸੜਕ ਉਸ ਟਾਈਮ ਬਣੀ, ਕੈਪਟਨ ਅਮਰਿੰਦਰ ਸਿੰਘ ਨੇ ਚਿੱਠੀ ਲਿਖੀ ਅਤੇ ਸਾਡੀ 4 ਲੇਨ ਬਣੀ। ਤੋ ਇਹ ਚੀਜ਼ਾਂ ਤਾਂ ਹੁਣ ਜਾ ਕੇ ਲੋਕਾਂ ਕੋਲ ਆਉਣਗੀਆਂ। ਅੱਛਾ ਰੰਧਾਵਾ ਸਾਹਿਬ, ਸੀ ਐਮ ਮਾਨ ਦਾ ਜ਼ਿਕਰ ਕਰੀਏ ਤਾਂ ਉਹ ਕਹਿੰਦੇ ਨੇ ਕਿ 13-0 ਹੋਣ ਵਾਲਾ ਪੰਜਾਬ ਦੇ ਵਿੱਚ। ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਬਾਦਲ, ਉਹ ਕਹਿ ਰਹੇ ਨੇ ਕਿ ਖੇਤਰੀ ਪਾਰਟੀ ਉਹਨਾਂ ਨੂੰ ਜਿਤਾਓ, ਪਰ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਕਾਂਗਰਸ ਜਾਂ ਫਿਰ ਆਮ ਆਦਮੀ ਪਾਰਟੀ, ਕਿ ਦਿੱਲੀ ਤੋਂ ਕਿਸ ਦਿਨ ਬਣੀ? ਪਹਿਲਾਂ ਤਾਂ ਰਹੀ, ਅੱਜ ਤੱਕ ਬੀਜੇਪੀ ਦੀ ਪਿੱਛ ਲੱਗੂਗਾ, ਅਤੇ ਆਹ ਜਿਹੜੇ ਦੂਸਰੇ 13-0 ਯਾਰ, ਉੱਥੋਂ ਆਪਣੇ ਜ਼ਿਲ੍ਹੇ 'ਚ ਤਾਂ ਜਿੱਤ ਨਹੀਂ ਸਕਿਆ ਚੀਫ ਮਿਨਿਸਟਰ, ਉਹ ਤੁਸੀਂ ਵੇਖੋ ਬਣਦਾ ਕੀ ਆ ਪੰਜਾਬ 'ਚ ਇਹ ਬਦਲਾਅ ਜਿਹੜਾ ਨਾ, ਇਹ ਵੇਖੋ ਲੋਕਾਂ ਨੇ ਕਿਵੇਂ ਇਹਨੂੰ ਹੁਣ ਸੁਧਾਰ ਲਿਆਉਣਾ। ਅੱਛਾ ਗੁਰਦਾਸਪੁਰ ਤੋਂ ਆਪਣਾ ਮੁਕਾਬਲਾ ਕਿਹੜੇ ਕੈਂਡੀਡੇਟ ਦਾ ਉਮੀਦਵਾਰ ਨਾਲ ਦੇਖ ਰਹੇ? ਦੇਖਿਆ ਮੈਨੂੰ ਆਪਣੇ ਜ਼ਿਲ੍ਹੇ ਵਾਲਿਆਂ 'ਤੇ ਪੂਰਾ ਮਾਣ ਆ, ਇਹ ਜਾ ਕੇ ਜਦੋਂ ਫੀਲਡ 'ਚ ਜਾਏਗਾ ਰਿਜ਼ਲਟ ਆਏਗਾ ਉਦੋਂ ਤੁਹਾਨੂੰ ਦੱਸਾਂਗਾ ਕਿਹੜੇ 'ਤੇ। ਸੋ ਇਸੇ ਸੁਖਜਿੰਦਰ ਰੰਧਾਵਾ ਜਿੰਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਮੈਨੂੰ ਆਪਣੇ ਹਲਕੇ ਦੇ ਲੋਕਾਂ ਦੇ ਉੱਪਰ ਪੂਰੀ ਉਮੀਦ ਹੈ, ਪੂਰੀ ਆਸ ਆ, ਸਾਨੂੰ ਵੱਡੀ ਲੀਡ ਦੇ ਨਾਲ ਗੁਰਦਾਸਪੁਰ ਅਤੇ ਪੰਜਾਬ ਦੇ ਵਿੱਚੋਂ ਪੰਜਾਬ ਦੇ ਲੋਕ ਜਿਹੜੇ ਜਿੱਤ ਦਿਵਾਉਣਗੇ। ਵੀਡੀਓ ਜਰਨਲਿਸਟ ਹਰਜਿੰਦਰ ਦੇ ਨਾਲ ਜਗਵਿੰਦਰ ਸਿੰਘ, ਨਿਊਜ਼ ਔਨ ਲਈ, ਚੰਡੀਗੜ੍ਹ।